मजदूर किसान एकता जिंदाबाद 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 मजदूर किसान एकता जिंदाबाद 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 मजदूर किसान एकता जिंदाबाद 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 किसानों के सम्मान में बीएसपी मैदान में किसानों के सम्मान में बीएसपी मैदान पीछे पीएपी दे विच भी किसानां ने धरना दिता जिहदे विच बहुजन समाज पार्टी का झंडा लहराया और सरदार जसवीर सिंह गढ़ी जी के हुक्मां दे अनुसार मायावती जी के दिशा निर्देशों के अनुसार अज का जिहड़ा इस बीएसपी का प्रोग्राम है समर्थन का कि असी मजदूरों ने कामियां ने किसानों ने इकट्ठे होके इस ऑर्डिनेंस का विरोध करना पर मैं साथियों तुहानू इह गल कहनी चाहुंदा कि सड़कां ते जिन्ने भी साडे भरा आ सारे केंद्र सरकार मुर्दाबाद नरेंद्र मोदी मुर्दाबाद तुहाडे संग सुतियां ने इह गल्लां कहिंदे नूं 24 घंटे कही जाओ 5 साल कही जाओ पर मरने कि वोट नाल मरने कहने नाल नहीं मरने कि मुर्दाबाद कहता नहीं मर गए नहीं संभव ही ये वोट नाल मरने जेडी बाबा साहब डॉक्टर अंबेडकर ने तुहानू लैके दित्ती सी जेडी आपां पर्दे दे पिछे जाके पाउंदे आ मैनू दुख हुंदा कि जेडियां ये माड़ी सोच वालियां गरीब विरोधी सरकारां मजदूर विरोधी सरकारां किसान विरोधी सरकारां जिन्हां ने नौजवानां नूं नशे विच ला दित्ता मैं उत्थे वी इह किसानां नूं गल दसणी चाहुंदा सी कि तुसीं गल करदे हो फसलां दी तुहाडे कोल तुहाडे पुत्त नहीं रहे ते तुहाडे कोल जमीनां नहीं रहिणियां ते फसलां की करनगियां इह हाल हो चुका पंजाब दा पंजाब दे विच नज़र मार के देखो कि किन्ने नौजवान कनेडा अमेरिका आस्ट्रेलिया न्यूजीलैंड इंग्लैंड इस देश नूं छड्ड के जा चुके आ ते जदों उत्थे दे पक्के सिटीजन हो गए ते जदों उन्होंने आना इत्थे जमीनां विच नहीं आना होर कोई काम नहीं होना मैं सारी सूची संगत नूं इह गल बेनती करनी चाहुंदा कि जे पंजाब नूं बचाउणा इहनां झूठियां सोहां खाण वालियां तों जे पंजाब नूं बचाउणा इहनां भारतीय जनता पार्टी ਤੇ ਪ੍ਰਕਾਸ਼ ਸਿੰਘ ਬਾਦਲ ਦੀ ਜੁੜਲੀ ਤੋਂ ਤੇ ਤੁਹਾਨੂੰ ਵੋਟ ਦਾ ਇਸਤੇਮਾਲ ਕਰਨਾ ਪਊਗਾ ਤੁਹਾਨੂੰ ਸਹੀ ਜਗ੍ਹਾ ਵੋਟ ਪਾਉਣੀ ਪਊਗੀ ਤੁਸੀਂ ਇਸ ਗੱਲ ਦੀ ਸ਼ਰਮ ਮਹਿਸੂਸ ਕਰਿਆ ਕਰੋ ਕਿ ਜਦੋਂ ਤੁਸੀਂ ਉਹਨਾਂ ਦੇ ਬੂਥ ਤੇ ਬੈਠਦੇ ਆ ਜਿਹੜੇ ਨਸ਼ਾ ਵੇਚਦੇ ਸੀ ਜਿਹੜੇ ਝੂਠੀਆਂ ਸੋਹਾਂ ਖਾਂਦੇ ਸੀ ਉਦੋਂ ਤੁਸੀਂ ਆਪਣਾ ਸਮਾਜ ਜਿਹੜਾ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਉਹ ਸਮਾਜ ਜਦੋਂ ਇਹਨਾਂ ਦੇ ਬੂਥ ਤੇ ਬੈਠਦਾ ਮੈਂ ਕਹਿੰਦਾ ਇੱਕ ਗੱਦਾਰ ਨਜ਼ਰ ਆਉਂਦਾ ਜਦੋਂ ਅਸੀਂ ਆਪਣੇ ਬੂਥ ਤੇ ਬੈਠਦੇ ਆ ਤੇ ਸਰਦਾਰ ਨਜ਼ਰ ਆਉਂਦੇ ਆ ਫਰਕ ਹੈ ਇਸ ਚੀਜ਼ ਦਾ ਇਸ ਲਈ ਆਪਣੇ ਭਰਾਵਾਂ ਨੂੰ ਉਹ ਕਾਂਗਰਸ ਪਾਰਟੀ ਦੇ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਮੈਂ ਕਈ ਪਿੰਡਾਂ ਦੇ ਵਿੱਚ ਗਿਆ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਮੈਨੂੰ ਕਾਰਨ ਦੱਸੋ ਕਿ ਕਾਂਗਰਸ ਨੂੰ ਕਿਉਂ ਵੋਟਾਂ ਪਾਉਂਦੇ ਆ ਉਹਨਾਂ ਦੇ ਕੋਲ ਕੋਈ ਸੋਲਿਡ ਜਵਾਬ ਨਹੀਂ ਹੁੰਦਾ ਬਸ ਇਹੋ ਹੀ ਗੱਲ ਕਹਿੰਦੇ ਆ ਕਿ ਸਾਡਾ ਭਾਪਾ ਪਾਉਂਦਾ ਹੁੰਦਾ ਸੀ ਉਹਦੇ ਪਿੱਛੇ ਲੱਗ ਕੇ ਅਸੀਂ ਪਾਈ ਜਾਂਦੇ ਸਾਡਾ ਭਾਪਾ ਕਹਿੰਦੇ ਕਾਂਗਰਸ ਨੂੰ ਪਾਉਂਦਾ ਹੁੰਦਾ ਸੀ ਪਹਿਲਾਂ ਤੇ ਪਾਈ ਜਾਂਦੇ ਜੇ ਕਿਸਾਨਾਂ ਦੀ ਗੱਲ ਕਰੀਏ ਅੱਜ ਕਿਸਾਨਾਂ ਦੀ ਗੱਲ ਕਰੀਏ ਤੇ ਕਿਸਾਨਾਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਵੋਟ ਪਾਈ ਉਹ ਨਰਿੰਦਰ ਮੋਦੀ ਨੂੰ ਪਾਵਰ ਆਫ ਅਟਾਰਨੀ ਦਿੱਤੀ ਇਹਨਾਂ ਨੂੰ ਵੇਚਣ ਦੀ ਇਹਨਾਂ ਦੀ ਜ਼ਮੀਨ ਵੇਚਣ ਦੀ ਔਰ ਪਾਵਰ ਆਫ ਅਟਾਰਨੀ ਪੂਰੇ ਇੰਡੀਆ ਨੂੰ ਵੇਚਣ ਦੀ ਜਿਹੜੀ ਅਸੀਂ ਨਰਿੰਦਰ ਮੋਦੀ ਨੂੰ ਵੋਟ ਦੇ ਰੂਪ ਦੇ ਵਿੱਚ ਦਿੱਤੀ ਇੱਕ ਚਾਹ ਵੇਚਣ ਵਾਲਾ ਅੱਜ ਸਟੇਸ਼ਨ ਵੇਚ ਰਿਹਾ ਜਿਹੜੇ ਰੇਲਵੇ ਸਟੇਸ਼ਨ ਤੇ ਬੈਠ ਕੇ ਨਰਿੰਦਰ ਮੋਦੀ ਜੀ ਚਾਹ ਵੇਚਦੇ ਸੀ ਉਹ ਸਟੇਸ਼ਨ ਵਿਚਣ ਲੱਗ ਪਿਆ ਉਹਨੂੰ ਪਾਵਰ ਕਿਹਨੇ ਦਿੱਤੀ ਇਹ ਅਸੀਂ ਲੋਕਾਂ ਨੇ ਦਿੱਤੀ ਵੋਟ ਪਾ ਕੇ ਜੇ ਇਹੀ ਪਾਵਰ ਅਸੀਂ ਆਪਣੀ ਭੈਣ ਨੂੰ ਦਿੱਤੀ ਹੁੰਦੀ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਜਿਤਾਇਆ ਹੁੰਦਾ ਤਾਂ ਅੱਜ ਦਰੀਆਂ ਬਣਾ ਵਿਛਾ ਕੇ ਸੜਕਾਂ ਤੇ ਨਾ ਬੈਠੇ ਹੁੰਦੇ ਅੱਜ BSF ਵੀ ਬਹਿ ਗਿਆ LIC ਵੀ ਬਹਿ ਗਈ ਸਾਰਾ ਇੰਡੀਆ ਪੇਪਰ ਤੇ ਲਾਇਆ ਹੋਇਆ ਇਹ ਕਿਹੜਾ ਨੇ ਇਹਨੂੰ ਪਾਵਰ ਪਾਉਣ ਅਟਾਰਨੀ ਦਿੱਤੀ ਅਸੀਂ ਲੋਕਾਂ ਨੇ ਦਿੱਤੀ ਇਹਨੂੰ ਵੋਟਾਂ ਪਾ ਕੇ ਮੈਂ ਸਾਥੀਓ ਆਪ ਸਭ ਨੂੰ ਇਹ ਅਪੀਲ ਕਰਦਾ ਕਿ ਉਹ ਬੈਠੇ ਵੀ ਸਾਡੀ ਮਾਨਸਿਕਤਾ ਨੂੰ ਪੜ ਰਹੇ ਆ ਔਰ ਉਹ ਬਿਲਕੁਲ ਨਿਸ਼ਚੇ ਤੌਰ ਤੇ ਬੈਠੇ ਆ ਉਹ ਤੁਹਾਡੀ ਮੈਂਟੈਲਿਟੀ ਨੂੰ ਜਾਣਦੇ ਆ ਉਹ ਕਿਸਾਨਾਂ ਨੂੰ ਵੀ ਜਾਣਦੇ ਆ ਉਹਨਾਂ ਨੂੰ ਪਤਾ ਕਿ 2 ਮਹੀਨਿਆਂ ਬਾਅਦ ਨਾ ਕਿਸਾਨਾਂ ਨੇ ਭੁੱਲ ਕੇ ਫੇਕਣਾ ਨਹੀਂ ਜੀ ਬਾਦਲ ਸਾਡੀ ਪੰਥਕ ਪਾਰਟੀ
ਦੋ ਮਹੀਨਿਆਂ ਤੱਕ ਇਹਨਾਂ ਕਿਸਾਨਾਂ ਨੇ ਭੁੱਲ ਜਾਣਾ ਕਿ ਇਹ ਸਾਡੀ ਪੰਥਕ ਪਾਰਟੀ ਆ, ਅਸੀਂ ਫੇਰ ਨਰਿੰਦਰ ਮੋਦੀ ਨੂੰ ਵੋਟ ਜਿਹੜੀ ਆ ਅਸੀਂ ਆਪਣੀ ਦੇ ਦੇਣੀ ਆ। ਜੇ ਯਾਦ ਰੱਖਣਾ ਅੱਜ ਬੇਸ਼ੱਕ ਹੁਣੇ ਉੱਠ ਜਾਓ, ਭਾਵੇਂ ਸ਼ਾਮ ਤੱਕ ਬੈਠੇ ਰਹੋ, ਭਾਵੇਂ ਹੁਣ ਉੱਠ ਜਾਓ, ਜੇ ਯਾਦ ਰੱਖਣਾ ਤਾਂ ਵੋਟਾਂ ਵਾਲੇ ਦਿਨ ਯਾਦ ਰੱਖਿਓ, ਕਿਉਂਕਿ ਵੋਟ ਦੇ ਨਾਲ ਹੀ ਮਰਨੇ ਆ। ਮੁਰਦਾਬਾਦ ਕਹਿਣ ਦੇ ਨਾਲ ਇਹਨਾਂ ਦੀ ਮੌਤ ਨਹੀਂ ਹੋਣੀ। ਮੈਂ ਦਾਅਵਾ ਕਰਦਾ ਇਸ ਗੱਲ ਦਾ, ਸੰਕਲਪ ਲੈ ਕੇ ਜਾਓ, ਇਸ ਗੱਲ ਦਾ ਪ੍ਰਣ ਕਰਕੇ ਜਾਓ, ਜੇ ਇਹਨਾਂ ਜਾਨਮ ਲੋਕਾਂ ਨੂੰ ਮਾਰਨਾ ਤੇ ਵੋਟ ਹੀ ਤੁਹਾਡੇ ਕੋਲ ਹਥਿਆਰ ਆ, ਹੋਰ ਕੋਈ ਦੂਜਾ ਤੀਜਾ ਹਥਿਆਰ ਨਹੀਂ। ਇਹਨਾਂ ਕੁਝ ਕਹਿੰਦਾ ਮੈਂ ਰਜਾ ਲੈਂਦਾ। ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।